ਭਾਈ ਕੀ ਨਾਮ ਜੀ ਆਪਣਾ? ਮੇਰਾ ਨਾਮ ਭਾਈ ਜੀ ਪ੍ਰਭਜੋਤ ਸਿੰਘ ਹੈ ਜੀ। ਭਾਈ ਰਾਵਣ ਬਣਾਉਣ ਦਾ ਕੰਮ ਕਰਦੇ ਹੋ, ਪਹਿਲਾਂ ਕਿੰਨੇ ਕੁ ਪੈਸੇ ਕਮਾਉਂਦੇ ਰਹੇ ਤੇ ਹੁਣ ਕੀ ਹਾਲਾਤ ਨੇ? ਵੀਰ ਜੀ ਪਿਛਲਾ ਸਾਲ ਤਾਂ ਚਲੋ ਠੀਕ ਰਿਹਾ, ਇਸ ਸਾਲ ਕਰੋਨਾ ਬਿਮਾਰੀ ਦੇ ਕਾਰਨ ਬਹੁਤ ਹੀ ਜ਼ਿਆਦਾ ਇਹ ਕੰਮ ਅਸੀਂ ਘਟਾ ਦਿੱਤਾ। ਪਹਿਲੇ ਅਸੀਂ 50-60 ਫੁੱਟ ਦਾ ਰਾਵਣ ਬਣਾਉਂਦੇ ਸਾਂ, 4-5 ਜਣੇ ਲੱਗਦੇ ਸਾਂ, ਔਰ ਚਲੋ ਰੋਟੀ ਪਾਣੀ ਵੀ ਚੰਗਾ ਬਣ ਜਾਂਦਾ ਸੀਗਾ, ਦਿਹਾੜੀ ਵੀ ਚੰਗੀ ਲੱਭ ਜਾਂਦੀ ਸੀਗੀ। ਇਸ ਵਾਰ ਕਰੋਨਾ ਬਿਮਾਰੀ ਦੇ ਕਾਰਨ ਆਹ ਦੇਖੋ ਤੁਹਾਡੇ ਸਾਹਮਣੇ ਮੈਂ ਇਹ 10 ਫੁੱਟ ਦੀ ਮੂਰਤੀ ਐਤਕਾਂ ਰਿਆੜ ਸਾਹਿਬ ਦੀ ਗੁਰਦਾਸਪੁਰ ਜ਼ਿਲ੍ਹੇ 'ਚ ਬਣ ਰਹੀ ਆ। ਅਤੇ ਪਹਿਲਾਂ ਕਿੰਨੀਆਂ ਮੂਰਤੀਆਂ ਬਣ ਰਹੀਆਂ? ਪਹਿਲਾਂ ਭਾਅ ਜੀ ਮੇਰੇ ਕੋਲ 2-3 ਪਿੰਡ ਸੀਗੇ ਗੁਰਦਾਸਪੁਰ ਸ਼ਹਿਰ ਦੀਆਂ ਮੂਰਤੀਆਂ ਸੀਗੀਆਂ, ਅਤੇ ਚਲੋ ਬਈ 30-40 ਹਜ਼ਾਰ ਰੁਪਏ ਦਾ ਕੰਮ ਕਰ ਲੈਂਦੇ ਸਾਂ, ਮਹੀਨਾ ਵੀ ਚਲੋ ਚੰਗਾ ਲੱਗਦਾ। ਜੇ ਨਾਲ ਮੇਰੇ ਲੇਬਰ ਕੰਮ ਕਰਦੀ ਰਹੀ ਆ, ਉਹਨਾਂ ਦਾ ਵੀ ਰੋਟੀ ਪਾਣੀ ਚੱਲ ਜਾਂਦਾ ਸੀਗਾ। ਅਤੇ ਇਸ ਬਿਮਾਰੀ ਦੀ ਮਾਰ ਨੇ ਇਹ ਸਾਰਾ ਹੀ ਕੰਮ ਜਿਹੜਾ ਹੈਗਾ ਵਾ ਉਹ ਖਰਾਬ ਕਰ ਦਿੱਤਾ। ਅਸੀਂ ਅਰਦਾਸ ਕਰਨੇ ਹਾਂ ਪਰਮਾਤਮਾ ਅੱਗੇ ਕਿ ਇਹ ਬਿਮਾਰੀ ਜਲਦ ਤੋਂ ਜਲਦ ਪੂਰੇ ਦੇਸ਼ ਦੇ ਵਿੱਚੋਂ ਹੀ ਨਿਕਲ ਜਾਵੇ, ਤਾਂ ਕਿ ਆਉਣ ਵਾਲਾ ਸਾਲ ਅਸੀਂ ਵਧੀਆ ਦੁਸਹਿਰਾ ਮਨਾਈਏ। ਸਾਰਿਆਂ ਨੂੰ ਦੁਸਹਿਰੇ ਦੀਆਂ ਬਹੁਤ ਬਹੁਤ ਵਧਾਈਆਂ, ਜੈ ਸ਼੍ਰੀ ਰਾਮ। ਪਹਿਲਾਂ ਕਿੰਨੇ ਕੁ ਦੀ ਬੁੱਤ ਬਣਾਉਂਦੇ ਰਹੇ, ਤਿਆਰ ਕਰਦੇ ਰਹੇ ਪਹਿਲਾਂ ਤਾਂ? ਪਹਿਲਾਂ ਭਾਅ ਜੀ ਅਸੀਂ 50-60 ਫੁੱਟ ਦਾ ਬੁੱਤ ਜਿਹੜੇ ਹੈਗੇ ਆ, 4 ਬੁੱਤ ਸਾਡੇ ਤਿਆਰ ਹੁੰਦੇ ਰਹੇ ਆ। 3 ਗੁਰਦਾਸਪੁਰ ਦੇ ਵਿੱਚ ਮੇਨ ਲੱਗਦੇ ਰਹੇ ਨੇ, 1 ਚਾਵੇ ਪਿੰਡ 'ਚ ਲੱਗਦਾ ਰਿਹਾ, ਅਤੇ ਬਾਕੀ ਛੋਟੀਆਂ ਮੂਰਤੀਆਂ ਜਿਹੜੀਆਂ ਗੀਆਂ ਉਹ ਆਮ ਪਿੰਡਾਂ ਦੇ ਵਿੱਚ ਕੋਈ 12 ਫੁੱਟ ਦੀ, ਕੋਈ 15 ਫੁੱਟ ਦੀ, ਜਿੰਨੇ ਕੁ ਮਤਲਬ ਕਿ ਉਹ ਖਰਚਾ ਕਰਦੇ ਸੀਗੇ ਉਹਨਾਂ ਕੁ ਮਤਲਬ ਕਿ ਅਸੀਂ ਬਣਾਉਂਦੇ ਰਹੇ ਉਹਨਾਂ ਨੂੰ। ਅੱਜ ਕਿੰਨੇ ਐਤਕਾਂ ਕਿੰਨੇ ਰਾਵਣ ਦੀ ਤੁਹਾਨੂੰ ਮਿਲੀ ਹੈ? ਐਤਕਾਂ ਸਿਰਫ 1 ਗੁਰਦਾਸਪੁਰ ਦੀ ਆ ਜੀ, ਸਿਰਫ ਰਿਆੜ ਸਾਹਿਬ ਦੀ।